ਬਠਿੰਡਾ ਪੁਲਿਸ ਵੱਲੋਂ ਕਰਫਿਊ ਦੀ ਉਲੰਘਣਾ ਕਰਦੇ ਅੱਜ ਫਿਰ 20-25 ਬੰਦੇ ਗ੍ਰਿਫਤਾਰ ਕਰਕੇ ਪਣਾਈ ਜੇਲ੍ਹ ਵਿੱਚ ਬੰਦ ਕੀਤੇ ਅਤੇ ਕਈਆਂ 'ਤੇ ਪਰਚੇ ਵੀ ਦਿੱਤੇ ਗਏ। DSP ਗੁਰਜੀਤ ਸਿੰਘ ਰਮਾਣਾ ਨੇ ਕਿਹਾ ਕਿ ਕਰਫਿਊ ਵਿੱਚ ਕੋਈ ਢਿੱਲ ਨਹੀਂ ਹੈ ਅਤੇ ਲੋਕ ਜੋ ਇਸ ਦੀ ਵਾਇਲੇਸ਼ਨ ਕਰ ਰਹੇ ਨੇ ਉਹਨਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਸਵੇਰੇ 5 ਤੋਂ 7 ਸਿਰਫ ਮੈਡੀਕਲ ਸਟੋਰਾਂ 'ਤੇ ਹੀ ਛੋਟ ਹੈ ਅਤੇ ਉੱਥੇ ਵੀ ਜਿਨ੍ਹਾਂ ਕੋਲ ਡਾਕਟਰ ਦੀ ਪਰਚੀ ਹੈ ਉਹ ਹੀ ਦਵਾਈ ਲੈਣ ਆ ਸਕਦਾ ਹੈ। ਹੋਰ ਕਿਸੇ ਕਿਸਮ ਦੀ ਕਰਫਿਊ ਵਿੱਚ ਕੋਈ ਢਿੱਲ ਨਹੀਂ ਹੈ। ਕਰਿਆਨਾ ਸਟੋਰ ਬਾਰੇ ਉਹਨਾਂ ਕਿਹਾ ਕਿ ਜੋ DC ਵੱਲੋਂ ਮਨਜ਼ੂਰ ਕੀਤੇ ਗਏ ਹਨ ਕਰਿਆਨਾ ਸਟੋਰ, ਸਿਰਫ ਉਹਨਾਂ ਨੂੰ ਹੀ ਛੋਟ ਦਿੱਤੀ ਗਈ ਹੈ। ਅੱਜ ਕਿੰਨੇ ਕੁ ਬੰਦੇ ਰਾਊਂਡ ਅਪ ਕੀਤੇ ਅਤੇ ਕਿਸ ਕਿਸ ਤਰ੍ਹਾਂ ਦੀ ਕੀ ਛੋਟ ਹੈਗੀ ਹੈ? 25 ਜਿਹੜੇ ਹੈਗੇ ਆ ਬੰਦੇ ਉਹ ਅਰੈਸਟ ਕੀਤੇ ਨੇ, ਰਾਊਂਡ ਅਪ ਕੀਤੇ ਨੇ, ਉਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕੀਤਾ ਜਾ ਰਿਹਾ। ਅਤੇ ਕਰਫਿਊ ਬਾਰੇ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ, ਕਰਫਿਊ ਵਿੱਚ ਕੋਈ ਖੁੱਲ ਨਹੀਂ ਦਿੱਤੀ ਗਈ। ਜਿਸ ਤਰ੍ਹਾਂ ਲੋਕ ਸਵੇਰੇ ਸਵੇਰੇ ਫਿਰਦੇ ਘੁੰਮਦੇ ਉਹ ਇਹ ਰਿਊਮਰ ਹੈ ਵੀ ਸੁਬਹਾ 5 ਤੋਂ 7 ਛੋਟ ਹੈ, ਨਹੀਂ ਕੋਈ ਛੋਟ। ਮੈਡੀਕਲ ਰਿਟੇਲ ਸ਼ੋਪ ਨੂੰ ਜਿਹੜੀ ਹੈਗੀ ਅਲਾਓ ਕੀਤਾ ਗਿਆ ਤਾਂ ਕਿ ਜਿਹੜੇ ਨੀਡੀ ਪਰਸਨ ਹੈਗੇ ਆ ਉਹ ਆਪਦੀ ਮੈਡੀਸਨ ਲੈ ਸਕਣ। ਇਹਦੇ ਵਿੱਚ ਪ੍ਰੋਪਰ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੈ ਔਰ ਉਹਨਾਂ ਦੀ ਹਿਸਟਰੀ ਹੈ, ਉਸ ਨੂੰ ਦੇਖ ਕੇ ਜਿਹੜਾ ਹੈਗਾ ਉਹ ਅਲਾਓ ਕੀਤਾ ਜਾਂਦਾ। ਅਦਰਵਾਈਜ਼ ਕਰਫਿਊ ਦੇ ਵਿੱਚ ਕੋਈ ਨਹੀਂ ਹੈਗੀ ਛੋਟ। ਕੋਈ ਵੀ ਬੰਦਾ ਇਹ ਕਹਿੰਦਾ ਪਾਇਆ ਗਿਆ ਵੀ ਕਰਫਿਊ ਛੋਟ ਹੈ, ਉਹਦੇ ਖਿਲਾਫ਼ ਰੂਮਰ ਦਾ ਵੀ ਪਰਚਾ ਦਰਜ ਹੋਏਗਾ, ਕਰਫਿਊ ਵਾਇਲੇਸ਼ਨ ਦਾ ਵੀ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਵੀ ਪਰਚਾ ਦਰਜ। ਜਿਸ ਤਰ੍ਹਾਂ ਕੁਝ ਕਰਿਆਨੇ ਦੀ ਦੁਕਾਨਾਂ ਸਵੇਰੇ ਸਵੇਰੇ ਖੋਲ੍ਹ ਕੇ ਦੇ ਦਿੰਦੇ ਮਾਲ, ਉਹਨਾਂ ਦੇ ਕੀ ਕਰ ਰਹੇ ਹੋ? ਉਹਦੇ ਵਿੱਚ ਵੀ ਇਸ ਤਰ੍ਹਾਂ ਹੈਗਾ ਵੀ ਕੁਛ ਜਿਹੜੀਆਂ ਹੋਲਸੇਲਰ ਸ਼ੋਪ ਹੈਗੀ ਉਹਨਾਂ ਨੂੰ ਅਲਾਓ ਕੀਤਾ ਮਾਲ ਸਪਲਾਈ ਕਰਨਾ। ਉਹਦਾ ਟਾਈਮਿੰਗ ਹੈ ਕੋਈ ਕੀ? ਉਹਦਾ ਨਾਈਟ ਟਾਈਮ ਲੱਗਿਆ ਹੋਇਆ, ਉਹਦੇ ਵਿੱਚ ਸਿਰਫ ਜਿਹੜੀਆਂ ਦੁਕਾਨਾਂ ਆਥੋਰਾਈਜ਼ਡ ਹੈ ਉਹਨਾਂ ਵਾਸਤੇ। ਅਦਰਵਾਈਜ਼ ਕੋਈ ਕਿਸੇ ਕੋਈ ਕਰਿਆਨੇ ਨੂੰ, ਕੋਈ ਕੱਪੜੇ ਨੂੰ, ਕੋਈ ਇਲੈਕਟ੍ਰੋਨਿਕ ਨੂੰ, ਕਿਸੇ ਸ਼ੋਪ ਨੂੰ ਕੋਈ ਛੋਟ ਨਹੀਂ। ਅੱਜ ਵੀ ਇਹ ਇਹਨਾਂ 'ਤੇ ਜਿਹੜੀਆਂ ਖੁੱਲ੍ਹੀਆਂ ਪਾਈਆਂ ਗਈਆਂ ਸੀ ਉਹਨਾਂ 'ਤੇ ਵੀ ਕੇਸ ਰਜਿਸਟਰ ਕਰ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।